ਹੈਲੋ ਸਟੂਡੈਂਟਸ ਗੁੱਡ ਮਾਰਨਿੰਗ ਮੈਂ ਗੁੰਜਨ ਸਵਾਗਤ ਕਰਦੀ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਸਕਾਈਲਾਈਟ ਅਕੈਡਮੀ ਤੇ ਤੇ ਅੱਜ ਆਪਣਾ ਜਿਹੜਾ ਪੰਜਾਬੀ ਮਾਸਟਰ ਕੈਡਰ ਦਾ ਪਹਿਲਾ ਜਿਹੜਾ ਲੈਕਚਰ ਹੈਗਾ ਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਦਾ ਜਿਹੜਾ ਸਿਲੇਬਸ ਦਿੱਤਾ ਹੋਇਆ ਹੈ ਉਹਦੇ ਬਾਰੇ ਤੇ ਪੰਜਾਬੀ ਮਾਸਟਰ ਕੈਡਰ ਦਾ ਸਿਲੇਬਸ ਹੈਗਾ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਹੈਗਾ ਤੇ ਕਿਸੇ ਵੀ ਮੰਜ਼ਿਲ ਤੇ ਪਹੁੰਚਣ ਲਈ ਪਹਿਲਾਂ ਆਪਾਂ ਨੂੰ ਰਸਤੇ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਉਸੇ ਰਸਤੇ ਦਾ ਪਤਾ ਜਿਹੜਾ ਅੱਜ ਦੀ ਕਲਾਸ 'ਚ ਆਪਾਂ ਨੂੰ ਜਿਹੜਾ ਉਹ ਲੱਗੂਗਾ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਪੰਜਾਬੀ ਮਾਸਟਰ ਕੈਡਰ ਦੇ ਐਗਜ਼ਾਮ ਦੀ ਤਿਆਰੀ ਕਰ ਰਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਪਣੇ ਕਲਾਸਿਸ ਦਾ ਨੋਟੀਫਿਕੇਸ਼ਨ ਹੈ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਤੁਸੀਂ ਜਿਹੜਾ ਉਹ ਆਪਣੀ ਕਲਾਸ ਨੂੰ ਵਾਚ ਕਰ ਸਕੋ ਟਾਈਮ ਟੂ ਟਾਈਮ ਲਾਈਵ ਠੀਕ ਹੈ ਜੀ ਤੇ ਪੰਜਾਬੀ ਮਾਸਟਰ ਕੈਡਰ ਦਾ ਜਿਹੜਾ ਬੈਚ ਹੈਗਾ ਉਹ ਜਲਦੀ ਹੀ ਜਿਹੜਾ ਤੁਹਾਡੇ ਤੱਕ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਉਦੇ ਲਈ ਤੁਹਾਨੂੰ ਕਰਨਾ ਕੀ ਹੈ ਜਿਹੜਾ ਪੇਡ ਕੋਰਸ ਹੋਊਗਾ ਪਰਚੇਸ ਕਰਨਾ ਹੈ ਆਪਣਾ ਸਕਾਈ ਲਾਈਟ ਅਕੈਡਮੀ ਹਬੋਰ ਦੇ ਨਾਂ ਤੇ ਐਪਲੀਕੇਸ਼ਨ ਹੈ ਲੋਗੋ ਧਿਆਨ ਨਾਲ ਦੇਖ ਲੈਣਾ ਤੇ ਕਰ ਲੈਣਾ ਇੰਸਟਾਲ ਤੇ ਇਹਦੇ ਨਾਲ ਸੰਬੰਧਿਤ ਹੋਰ ਕੋਈ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਆਪਣਾ ਨੰਬਰ ਦਿੱਤਾ ਗਿਆ ਹੈ ਨੀਚੇ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜਿਹੜਾ ਹੈ ਇਹਦੇ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਫਿਰ ਕਰਦੇ ਹਾਂ ਸਟਾਰਟ ਆਪਣਾ ਜਿਹੜਾ ਸਿਲੇਬਸ ਹੈਗਾ ਪੰਜਾਬੀ ਮਾਸਟਰ ਕੈਡਰ ਦਾ ਸਿਲੇਬਸ ਇਹਨੂੰ ਆਪਾਂ ਰਸਤਾ ਕਵਾਂਗੇ ਆਪਣੀ ਮੰਜ਼ਲ ਤੱਕ ਪਹੁੰਚਣ ਦਾ ਤੇ ਪਹਿਲਾ ਜਿਹੜਾ ਭਾਗ ਹੈਗਾ ਉਹ ਦਿੱਤਾ ਹੋਇਆ ਕਵਤਾ ਭਾਗ ਠੀਕ ਹੈ ਜੀ ਪਹਿਲਾ ਭਾਗ ਹੈਗਾ ਕਵਤਾ ਭਾਗ ਜਿਹਦੇ ਵਿੱਚ ਜਿਹੜੇ ਆਪਣੇ ਆਧੁਨਿਕ ਕਵੀ ਹੈਗੇ ਆ ਉਹਨਾਂ ਦਾ ਜਿਹੜਾ ਉਹ ਦਿੱਤਾ ਹੋਇਆ ਵੀ ਕਿਹੜੇ ਕਿਹੜੇ ਕਵੀ ਹੈਗੇ ਆ ਜਿੰਨਾਂ ਬਾਰੇ ਜਿਨ੍ਹਾਂ ਦੇ ਜਨਮ ਜਿਨ੍ਹਾਂ ਦੀਆਂ ਰਚਨਾਵਾਂ ਤੇ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਯੋਗਦਾਨ ਕੀ ਹੈ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਜਿਹੜਾ ਉਹ ਪੜਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਕਵੀ ਹੈਗੇ ਆ ਆਧੁਨਿਕ ਕਵੀ ਭਾਈ ਵੀਰ ਸਿੰਘ ਜੀ ਠੀਕ ਹੈ ਤੇ ਜਿਹੜੇ ਰਹਾਸਵਾਦੀ ਕਵੀ ਹੈਗੇ ਆ ਜਿਨ੍ਹਾਂ ਨੂੰ ਆਪਾਂ ਪੰਜਾਬੀ ਆਧੁਨਿਕ ਸਾਹਿਤ ਦੇ ਮੋਢੀ ਵੀ ਕਹਿ ਸਕਦੇ ਆ ਕਹਿੰਦੇ ਆ ਠੀਕ ਹੈ ਤੇ ਕਹਾਣੀ ਜਿਹੜੇ ਆ ਨਿੱਕੀ ਕਹਾਣੀ ਹੈ ਉਹਨਾਂ ਦੀ ਜਿਹੜੀ ਸਿਰਜਣਾ ਉਹ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੇ ਕੀਤੀ ਸੀ ਉਹਨਾਂ ਤੋਂ ਬਾਅਦ ਧਨੀ ਰਾਮ ਜਾਤਰੀਕ ਜਿਹੜੇ Hindu ਪਰਿਵਾਰ ਨਾਲ ਸੰਬੰਧ ਰੱਖਦੇ ਆ ਪਰ ਭਾਈ ਵੀਰ ਸਿੰਘ ਜੀ ਦਾ ਜਿਹੜਾ ਪ੍ਰੈਸ ਚੱਲਿਆ ਸੀ ਵਜ਼ੀਰ ਹਿੰਦ ਪ੍ਰੈਸ ਉਹਦੇ 'ਚ ਉਹਨਾਂ ਨੇ ਕੰਮ ਕੀਤਾ ਸੀ ਤੇ ਧਨੀ ਰਾਮ ਜਾਤਰੀਕ ਨੇ ਜਦੋਂ ਭਾਈ ਵੀਰ ਸਿੰਘ ਜੀ ਦੇ ਸੰਪਰਕ ਵਿੱਚ ਆਏ ਸੀ ਉਦੋਂ ਜਿਹੜਾ ਪੰਜਾਬੀ ਵਿੱਚ ਰਚਨਾ ਕਰਨੀ ਸਟਾਰਟ ਕਰਤੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੂੰ ਖੁੱਲੀ ਕਵਿਤਾ ਦੇ ਮੋਢੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਆਪਦੀਆਂ ਜਿੰਨੀਆਂ ਵੀ ਰਚਨਾਵਾਂ ਕੀਤੀਆਂ ਉਹਦੇ ਵਿੱਚ ਕੋਈ ਵੀ ਛੰਦ ਦੀ ਵਰਤੋਂ ਨਹੀਂ ਕੀਤੀ ਉਹਨਾਂ ਬਾਰੇ ਪੜਾਂਗੇ ਉਸ ਤੋਂ ਬਾਅਦ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਨ੍ਹਾਂ ਬਾਰੇ ਆਪਾਂ ਪੜਾਂਗੇ ਠੀਕ ਹੈ ਜੀ ਕਾਲੇ ਪਾਣੀ ਇਹਨਾਂ ਨੂੰ ਕਿਹਾ ਕਿਉਂ ਜਾਂਦਾ ਕਿਉਂਕਿ ਇਹਨਾਂ ਨੂੰ ਜਿਹੜਾ ਉਹ ਇੱਕ ਵਾਰੀ ਜੇਲ੍ਹ ਦੀ ਯਾਤਰਾ ਵੀ ਕਰਨੀ ਪੈਗੀ ਸੀ ਠੀਕ ਹੈ ਜੀ ਤੇ ਤਾਂ ਕਰਕੇ ਇਹਨਾਂ ਨੇ ਆਪਦਾ ਤਖ਼ल्लੁਸ ਜਿਹੜਾ ਹੈਗਾ ਉਹ ਕਾਲੇ ਪਾਣੀ ਰੱਖ ਲਿਆ ਹੀਰਾ ਸਿੰਘ ਦਰਦ 바ਵਾ ਬਲਵੰਤ ਸਿੰਘ ਠੀਕ ਹੈ ਜੀ ਜਸਵੰਤ ਸਿੰਘ ਨੇਕੀ ਡਾਕਟਰ ਜਗਤਾਰ ਜਿਹੜੇ ਇੱਕ ਗਜ਼ਲਕਾਰ ਦੇ ਤੌਰ ਤੇ ਸਭ ਤੋਂ ਵੱਧ ਪ੍ਰਸਿੱਧ ਹੈਗੇ ਆ ਪਾਸ਼ ਜਿਹੜੇ ਜੁਝਾਰਵਾਦੀ ਕਵੀ ਹੈਗੇ ਆ ਅਵਤਾਰ ਸਿੰਘ ਪਾਸ਼ ਇਹਨਾਂ ਦਾ ਜਿਹੜਾ ਪੁਰਾਣਾ ਨਾਂ ਹੈਗਾ ਪਾਸ ਇਹਨਾਂ ਨੇ ਜਿਹੜੀ ਆ ਉਹ ਖੁੱਲਸ ਜਿਹੜਾ ਆਪਣਾ ਰੱਖਿਆ ਹੈਗਾ ਉਹ ਵੀ ਆਪ ਦੇ ਜਿਹੜੀ ਅਧਿਆਪਕਾ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਦਾ ਨਾਂ ਸੀਗਾ ਪ੍ਰਵੇਸ਼ ਤੇ ਪ੍ਰਵੇਸ਼ ਤੋਂ ਇਹਨਾਂ ਨੇ ਪਾਸ ਰੱਖ ਲਿਆ ਵਿਦਾਤਾ ਸਿੰਘ ਤੀਰ ਪ੍ਰੀਤਮ ਸਿੰਘ ਸਫੀਰ ਤੇ ਸਰਦਾਰ ਚਰਨ ਸਿੰਘ ਸ਼ਹੀਦ ਉਨਾਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ, surjeet patar, Shivkumar batalvi ਜਿਨ੍ਹਾਂ ਨੂੰ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ Shivkumar batalvi ਨੂੰ ਤੇ surjeet patar ਜਿਨ੍ਹਾਂ ਨੇ ਪੰਜਾਬੀ ਜਗਤ ਵਿੱਚ ਜਿਹੜੇ ਆ ਉਹ ਬਹੁਤ ਸਾਰੀਆਂ ਗਜ਼ਲਾਂ ਜਿਹੜੀਆਂ ਉਹ ਦਿੱਤੀਆਂ ਹੈਗੀਆਂ ਤੇ ਕਵੀ ਵਜੋਂ ਬਹੁਤ ਜ਼ਿਆਦਾ ਪ੍ਰਸਿੱਧ ਹੈਗੇ ਐ ਇੰਨਾ ਕਵੀਆਂ ਜਿਹੜੇ ਆਧੁਨਿਕ ਕਵੀ ਹੈਗੇ ਐ ਇੰਨਾ ਬਾਰੇ ਆਪਾਂ ਪੜਾਂਗੇ ਠੀਕ ਹੈ ਡੀਪਲੀ ਪੜਾਂਗੇ ਇਹਨਾਂ ਦੇ ਜਨਮ ਬਾਰੇ ਇਹਨਾਂ ਦੀਆਂ ਰਚਨਾਵਾਂ ਬਾਰੇ ਇਹਨਾਂ ਨੂੰ ਜਿਹੜੇ ਪੁਰਸਕਾਰ ਪ੍ਰਾਪਤ ਹੋਏ ਆ ਉਹਨਾਂ ਬਾਰੇ ਪੜਾਂਗੇ ਤੇ ਉਸ ਤੋਂ ਬਾਅਦ ਦੂਸਰਾ ਭਾਗ ਹੈਗਾ ਗੁਰਮਤਕਾਵ ਗੁਰੂਮਤ ਦਾ ਅਰਥ ਕੀ ਹੁੰਦਾ ਕਾਵਤਾ ਕਵਤਾ ਹੋ ਗਿਆ ਤੇ ਗੁਰੂਮਤ ਦਾ ਅਰਥ ਹੁੰਦਾ ਗੁਰੂਆਂ ਦੇ ਜਿਹੜੇ ਵਿਚਾਰ ਹੈਗੇ ਉਪਦੇਸ਼ ਦਿੱਤੇ ਹੋਏ ਹੈ ਠੀਕ ਹੈ ਉਹਨਾਂ ਨੂੰ ਆਪਾਂ ਜਿਹੜਾ ਕਵਤਾ ਦੇ ਰੂਪ ਵਿੱਚ ਜਿਹੜੇ ਆਪਣੇ ਤੱਕ ਪਹੁੰਚੇ ਆ ਉਹਨਾਂ ਬਾਰੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਆਦ ਗ੍ਰੰਥ ਦੀ ਸੰਪਾਦਨਾ ਕੀਤੀ ਸੀ ਤੇ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਦ ਗ੍ਰੰਥ ਲਿਖਿਆ ਸੀ ਉਹਨਾਂ ਬਾਰੇ ਆਪਾਂ ਗੁਰਮਤਕਾਵ ਵਿੱਚ ਪੜਾਂਗੇ ਤੇ ਤੀਸਰਾ ਜਿਹੜਾ ਹੈਗਾ ਸੂਫੀ ਕਾਵ ਸੂਫੀ ਕਾਵ ਜਿਹੜੇ ਆਪਣੇ ਰੱਬ ਤੱਕ ਪਹੁੰਚਦੇ ਸੀਗੇ ਰੱਬ ਤੱਕ ਪਹੁੰਚਣ ਦਾ ਜਿਹੜਾ ਰਸਤਾ ਉਹਨਾਂ ਨੇ ਸੂਫੀ ਜਿਹੜਾ ਉਹ ਸੂਫੀਇਜ਼ਮ ਨੂੰ ਅਪਣਾਇਆ ਸੀ ਜਿਨ੍ਹਾਂ ਨੇ ਠੀਕ ਹੈ ਤੇ ਸ਼ੇਖ ਫਰੀਦ ਜੀ ਜਿਹੜੇ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਪ੍ਰਸਿੱਧ ਹੈਗੇ ਆ ਸ਼ਾਹ ਹੁਸੈਨ ਤੇ ਬੁੱਲੇ ਸ਼ਾ ਤੇ ਬੁੱਲੇ ਸ਼ਾ ਦੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੇ ਆ ਰੱਬ ਦੀ ਭਾਲ ਲਈ ਜਿਹੜਾ ਮਸਤੀ ਵਿੱਚ ਨੱਚਣਾ ਗਾਉਣਾ ਜਿਹੜਾ ਉਹ ਉਹ ਜਿਹੜਾ ਰਸਤਾ ਜਿਹੜਾ ਲੱਭਿਆ ਠੀਕ ਹੈ ਉਹ ਮਸਤੀ ਚ ਨੱਚਣਾ ਤੇ ਗਾਉਣਾ ਠੀਕ ਹੈ ਤੇ ਉਸੇ ਰਸਤੇ ਤੇ ਚੱਲ ਕੇ ਰੱਬ ਨੂੰ ਪ੍ਰਾਪਤ ਕੀਤਾ ਠੀਕ ਹੈ ਉਸ ਤੋਂ ਬਾਅਦ ਕਿੱਸਾ ਕਾ ਚੌਥਾ ਜਿਹੜਾ ਭਾਗ ਹੈਗਾ ਕਿੱਸਾ ਕਾਵ ਜਿੰਨੇ ਵੀ ਜੜੀਆਂ ਉਹ ਪ੍ਰੇਮ ਕਹਾਣੀਆਂ ਹੈਗੀਆਂ ਕਥਾਵਾਂ ਹੈਗੀਆਂ ਉਹ ਆਪਾਂ ਜਿਹੜਾ ਉਹ ਕਿੱਸਾ ਕਾਵ ਚ ਉਹਨਾਂ ਨੂੰ ਆਪਾਂ ਪੜ੍ਹਦੇ ਆਂ ਜਿਵੇਂ ਸਭ ਤੋਂ ਪ੍ਰਸਿੱਧ ਜਿਹੜਾ ਹੈਗਾ ਵਾਰਿਸ ਸ਼ਾ ਜਿਹੜਾ ਕਿੱਸਾ ਕਵੀ ਹੈਗਾ ਜਿਹਦੀ ਹੀਰ ਜਿਹੜੀ ਆ ਉਹ ਬਹੁਤ ਜ਼ਿਆਦਾ ਇਹਨੂੰ ਹੀਰ ਕਰਕੇ ਪ੍ਰਸਿੱਧੀ ਮਿਲੀ ਆ ਵਾਰਿਸ ਸ਼ਾ ਨੂੰ ਉਸ ਤੋਂ ਬਾਅਦ ਪਿੱਲੂ ਮਿਰਜ਼ਾ ਸਾਇਬਾ ਕਰਕੇ ਪਿੱਲੂ ਜਿਹੜਾ ਉਹ ਪ੍ਰਸਿੱਧ ਜਿਹੜਾ ਸ਼ਾਹਕਾਰ ਹੈਗਾ ਠੀਕ ਹੈ ਉਸ ਤੋਂ ਬਾਅਦ ਹਾਸ਼ਮ ਸ਼ਾਹ ਜਿਹਦੀ ਸੱਸੀ ਬਹੁਤ ਜ਼ਿਆਦਾ ਮਕਬੂਲ ਹੋਈ ਆ ਕਾਦਰਯਾਰ ਦਾ ਪੂਰਨ ਭਗਤ ਤੇ ਹਾਫਿਜ਼ ਬਰਖੁਰਦਾਰ ਜਿਨ੍ਹਾਂ ਦੇ ਰਚਨਾ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸ਼ਬਦ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਦਮੋਦਰ ਦਮੋਦਰ ਦੀ ਵੀ ਹੀਰ ਜਿਹੜੀ ਹੈ ਹੀਰ ਰਾਂਝਾ ਉਹ ਵੀ ਬਹੁਤ ਜ਼ਿਆਦਾ ਪ੍ਰਸਿੱਧ ਹੈਗਾ ਤੇ ਪੰਜਵਾਂ ਹੈਗਾ ਬੀਰ ਕਾਵ ਬੀਰ ਕਾਵ ਜਿਹੜਾ ਹੈਗਾ ਉਹ ਉਤਸ਼ਾਹ ਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਲੜਾਈ ਹੁੰਦੀ ਹੈ ਜਿਹੜਾ ਯੁੱਧ ਹੁੰਦਾ ਉਹਦਾ ਜਿੱਥੇ ਆਪਾਂ ਨੂੰ ਵਰਣਨ ਮਿਲਦਾ ਤੇ ਉਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਚੰਡੀ ਦੀ ਵਾਰ ਬੀਰ ਰਸੀ ਕਵਤਾ ਹੈਗੀ ਆ ਠੀਕ ਹੈ ਤੇ ਉਸ ਤੋਂ ਬਾਅਦ ਸ਼ਾਹ ਮੁਹੰਮਦ ਜਿਹਦਾ ਜੰਗਨਾਮਾ ਹੈਗਾ ਸਿੰਘਾਂ ਤੇ ਫਰੰਗੀਆਂ ਦਾ ਠੀਕ ਹੈ ਤੇ ਨਜਾਬਤ ਦੀ ਵਾਰ ਤੇ ਇਹਨਾਂ ਬਾਰੇ ਆਪਾਂ ਪੜਾਂਗੇ ਬੀਰ ਕਾਵ ਰੂਪ ਵਿੱਚ ਜੇਕਰ ਆਪਾਂ ਗੱਲ ਕਰੀਏ ਬੀਰ ਕਾਵ ਰੂਪ ਦੀ ਤੇ ਜਿਹੜੇ ਛੰਦ ਪ੍ਰਸਿੱਧ ਹੁੰਦੇ ਆ ਇਹਨਾਂ ਦੇ ਠੀਕ ਹੈ ਤੇ ਬੀਰ ਕਾਵ ਰੂਪ ਵਿੱਚ ਸਿਰਖੰਡੀ ਛੰਦ ਤੇ ਨਿਸ਼ਾਨੀ ਛੰਦ ਦੋ ਜਿਹੜੇ ਆ ਉਹ ਛੰਦ ਵਰਤੇ ਜਾਂਦੇ ਆ ਉਸ ਤੋਂ ਬਾਅਦ ਵਾਰਤਕ ਭਾਗ ਦੀ ਗੱਲ ਕਰੀਏ ਤਾਂ ਵਾਰਤਕ ਭਾਗ ਵਿੱਚ ਆਪਣੇ ਜਿਹੜੇ ਆ ਉਹ ਵਾਲੇ ਵਾਰਤਕਕਾਰ ਜਿਹੜੇ ਲਿਖੇ ਹੋਏ ਆ ਨੀਚੇ ਉਹ ਆਉਂਦੇ ਆ ਠੀਕ ਹੈ ਗਿਆਨੀ ਦਿੱਤ ਸਿੰਘ ਪੰਡਿਤ ਸਰਦਾ ਰਾਮ ਫਲੋਰੀ ਠੀਕ ਹੈ ਬਿਹਾਰੀ لال ਪੁਰੀ ਲਾਲ ਸਿੰਘ ਕਮਲਾ ਅਕਾਲੀ ਸੁਭਾ ਸਿੰਘ ਬਲਰਾਜ ਹਾਨੀ ਜਿਹੜੇ ਇੱਕ ਅਦਾਕਾਰ ਵੀ ਰਹੇ ਆ ਜਿਨ੍ਹਾਂ ਨੇ ਜਿਹੜੇ ਆ ਉਹ ਫਿਲਮ ਚ ਕੰਮ ਵੀ ਕੀਤਾ ਫਿਲਮਾਂ ਚ ਤੇ ਵਾਰਤਕ ਵੀ ਲਿਖੇ ਆ ਡਾਕਟਰ ਟੀ ਆਰ ਸ਼ਰਮਾ ਠੀਕ ਹੈ ਜੀ ਵਿਨੋਦ ਸ਼ਰਮਾ ਡਾਕਟਰ ਕਿਰਪਾਲ ਸਿੰਘ ਘੁੰਮਣ ਪ੍ਰਿੰਸੀਪਲ ਤੇਜਾ ਸਿੰਘ ਜਿਨ੍ਹਾਂ ਦੀ ਸਵੈ ਜੀਵਨੀ ਆਰਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਲਿਖੀ ਸੀ ਤੇ ਉਹਨਾਂ ਤੋਂ ਬਾਅਦ ਸਰਦਾਰ ਗੁਰਬਖਸ਼ ਸਿੰਘ ਡਾਕਟਰ ਬਲਬੀਰ ਸਿੰਘ ਤੇ ਜਿਨ੍ਹਾਂ ਨੇ ਵਾਰਤਕ ਰੂਪ ਵਿੱਚ ਲਿਖਿਆ ਇੱਕ ਕਾਵ ਰੂਪ ਹੁੰਦਾ ਇੱਕ ਹੁੰਦਾ ਵਾਰਤਕ ਰੂਪ ਠੀਕ ਹੈ ਤੇ ਕਪੂਰ ਸਿੰਘ ਪ੍ਰੋਫੈਸਰ ਪਿਆਰਾ ਸਿੰਘ ਪਦਮ ਗਿਆਨੀ ਗੁਰਦਿੱਤ ਸਿੰਘ ਤੇ ਲਾਸਟ ਆਪਣੇ ਹੈਗੇ ਆ ਡਾਕਟਰ ਨਰਿੰਦਰ ਸਿੰਘ ਕਪੂਰ ਇਹਨਾਂ ਦੇ ਜਿਹੜੇ ਵਾਰਤਕ ਲਿਖੇ ਹੋਏ ਆ ਠੀਕ ਹੈ ਇਹਨਾਂ ਨੂੰ ਵਾਰਤਕਕਾਰ ਕਰਕੇ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਆ ਤਾਂ ਕਰਕੇ ਇਹਨਾਂ ਨੂੰ ਵਾਰਤਕਕਾਰ ਕਿਹਾ ਜਾਂਦਾ ਤੇ ਇਹਨਾਂ ਬਾਰੇ ਪੜਾਂਗੇ ਤੇ ਫਿਰ ਆਪਣੀ ਕਹਾਣੀਆਂ ਆਉਂਦੀਆਂ ਵੀ ਠੀਕ ਹੈ ਕਹਾਣੀਕਾਰ ਹੁੰਦੇ ਆ ਕਿਹੜੇ-ਕਿਹੜੇ ਕਹਾਣੀਕਾਰ ਹੈਗੇ ਆ ਜਿਨ੍ਹਾਂ ਬਾਰੇ ਆਪਾਂ ਪੜ੍ਹਨਾ ਹੈਗਾ ਪੰਜਾਬੀ ਮਾਸਟਰ ਕੈਡਰ ਚ ਹਾਂਜੀ ਤੇ ਕਹਾਣੀਆਂ 'ਚ ਸਭ ਤੋਂ ਪਹਿਲਾਂ ਹੁੰਦੀ ਹੈ ਵੀ ਨਾਨਕ ਸਿੰਘ ਠੀਕ ਹੈ ਜੀ ਨਾਨਕ ਸਿੰਘ ਜਿਹੜੇ ਆਪਣੇ ਬਹੁਤ ਜ਼ਿਆਦਾ ਪ੍ਰਸਿੱਧ ਪ੍ਰਸਿੱਧੀ ਇਹਨਾਂ ਨੂੰ ਨਾਵਲਾਂ ਕਰਕੇ ਮਿਲੀ ਹੈ ਬਟ ਇਹਨਾਂ ਦੀਆਂ ਕਹਾਣੀਆਂ ਵੀ ਬਹੁਤ ਜ਼ਿਆਦਾ ਮਕਬੂਲ ਹੋਈ ਹੈ ਤਾਂ ਕਰਕੇ ਇਹਨਾਂ ਨੂੰ ਜਿਹੜਾ ਉਹ ਕਹਾਣੀਕਾਰ 'ਚ ਵੀ ਐਡ ਕੀਤਾ ਗਿਆ ਤੇ ਨਾਵਲਕਾਰ ਵਿੱਚ ਵੀ ਠੀਕ ਹੈ ਨਵਜੋਤ ਸਿੰਘ ਜਿਹੜੇ ਕਹਾਣੀਕਾਰ ਵੀ ਹੈਗੇ ਆ ਹਰ ਇੱਕ ਕੋਈ ਵੀ ਰਾਈਟਰ ਹੈਗਾ ਉਹ ਜਿਹੜਾ ਉਹ ਕਹਾਣੀ ਵੀ ਲਿਖਿਆ ਉਹਨੇ ਕਵਿਤਾ ਵੀ ਲਿਖੀ ਹੈ ਠੀਕ ਹੈ ਨਾਵਲ ਵੀ ਲਿਖਿਆ ਇਕਾਂਗੀ ਵੀ ਲਿਖੀ ਹੈ ਬਟ ਜਿਹੜੀ ਚੀਜ਼ ਜਿਹੜੀ ਵਿਸ਼ੇ ਵਿੱਚ ਉਹ ਜਿਹੜਾ ਸਭ ਤੋਂ ਵੱਧ ਆ ਉਹਨਾਂ ਨੂੰ ਪ੍ਰਸਿੱਧੀ ਮਿਲਦੀ ਹੈ ਉਹਦੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਨੌਰੰਗ ਸਿੰਘ ਸੰਤੋਖ ਸਿੰਘ ਧੀਰ ਦਲੀਪ ਕੌਰ ਟਿਵਾਣਾ ਇਸਤਰੀ ਜਿਹੜੀ ਹੈ ਉਹ ਹੈਗੇ ਹੈ ਲੇਖਕ ਮੋਹਨ ਪੰਡਾਰੀ ਸੁਜਾਨ ਸਿੰਘ ਰਗੂਬੀਰ ਦੰਡ ਵਰਿਆਮ ਸੰਧੂ ਗੁਰਬਖਸ਼ ਸਿੰਘ ਗੁਰਮੁਖ ਸਿੰਘ ਮੁਸਾਫਿਰ ਕੁਲਵੰਤ ਸਿੰਘ ਵੀਰਕ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਕਹਾਣੀਕਾਰ ਦੇ ਤੌਰ ਤੇ ਸਭ ਤੋਂ ਵੱਧ ਜਿਹੜਾ ਉਹ ਜਾਣਿਆ ਜਾਂਦਾ ਹੈ ਕੁਲਵੰਤ ਸਿੰਘ ਵੀਰਕ ਅਜੀਤ ਕੌਰ ਠੀਕ ਹੈ ਜੀ ਤੇ ਅੱਗੇ ਆਪਾਂ ਗੱਲ ਕਰੀਏ ਇਕਾਂਗੀ ਤੇ ਇਕਾਂਗੀ ਤੇ ਨਾਟਕ ਦੋਨੋਂ ਇੱਕੋ ਹੀ ਜਿਹੜੇ ਆ ਸਿੱਕੇ ਦੇ ਦੋ ਪਾਸੇ ਆਪਾਂ ਕਹਿ ਸਕਦੇ ਆ ਇਕਾਂਗੀ ਜਿਹੜਾ ਉਹ ਨਾਟਕ ਦਾ ਛੋਟਾ ਰੂਪ ਹੁੰਦਾ ਇੱਕ ਅੰਗ ਹੁੰਦਾ ਠੀਕ ਹੈ ਉਹਨੂੰ ਜਿਹੜਾ ਇਕਾਂਗੀ ਕਿਹਾ ਜਾਂਦਾ ਹੈ ਆਈਸੀ ਨੰਦਾ ਜਿਨ੍ਹਾਂ ਨੂੰ ਈਸ਼ਵਰ ਚੰਦਰ ਨੰਦਾ ਕਿਹਾ ਜਾਂਦਾ ਠੀਕ ਹੈ ਸ਼ਾਰਟ ਨੇਮ ਹੈਗਾ ਇਹਨਾਂ ਦਾ ਆਈਸੀ ਨੰਦਾ ਤੇ ਇਕਾਂਗੀ ਦੇ ਮੋਢੀ ਜਾਂ ਇਕਾਂਗੀ ਦੇ ਪਿਤਾਮਾ ਜਿਹੜਾ ਉਹ ਆਈਸੀ ਨੰਦਾ ਨੂੰ ਕਿਹਾ ਜਾਂਦਾ ਤੇ ਇਹਨਾਂ ਬਾਰੇ ਆਪਾਂ ਡਿਟੇਲ ਚ ਪੜਾਂਗੇ ਬਲਵੰਤ ਗਾਰਗੀ ਕਪੂਰ ਸਿੰਘ ਘੁੰਮਣ ਸੰਤ ਸਿੰਘ ਸੇਖੋ ਤੇ ਡਾਕਟਰ ਹਰਚਰਨ ਸਿੰਘ ਜਿਨ੍ਹਾਂ ਨੇ ਇਕਾਂਗੀਆਂ ਵੀ ਲਿਖਿਆ ਤੇ ਨਾਟਕ ਵੀ ਲਿਖਿਆ ਪੂਰੇ ਨਾਟਕ ਵੀ ਲਿਖਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਨੌਵਾਂ ਹੈਗਾ ਨਾਵਲਕਾਰ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਆਪਾਂ ਪੜ੍ਹਨਾ ਨਾਨਕ ਸਿੰਘ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਵੀ ਲਿਖੀਆਂ ਹੋਈਆਂ ਤੇ ਨਾਵਲ ਵੀ ਲਿਖੇ ਹੋਏ ਆ ਗੁਰ ਗੁਰਦਿਆਲ ਸਿੰਘ ਜਿਨ੍ਹਾਂ ਨੂੰ ਜਿਨ੍ਹਾਂ ਦੇ ਜਿਹੜੇ ਆ ਉਹ ਨਾਵਲਾਂ ਤੇ ਫਿਲਮਾਂ ਵੀ ਬਣ ਚੁੱਕੀਆਂ ਤੇ ਬਹੁਤ ਜ਼ਿਆਦਾ ਪ੍ਰਸਿੱਧ ਹੈਗੀਆਂ ਠੀਕ ਹੈ ਉਸ ਤੋਂ ਬਾਅਦ ਜਸਵੰਤ ਸਿੰਘ ਕਮਲ ਨਾਵਲਕਾਰ ਕਰਕੇ ਪ੍ਰਸਿੱਧ ਹੈ ਗਿਆ ਅਮਰਤਾ ਪ੍ਰੀਤਮ ਜਿਨ੍ਹਾਂ ਨੂੰ ਆਪਾਂ ਕਵੀ ਕਵਿਤਰੀ ਵੀ ਕਹਿੰਦੇ ਆ ਠੀਕ ਹੈ ਇਸਤਰੀ ਜਿਹੜੀ ਲੇਖਕ ਹੈਗੀ ਆ ਤੇ ਨਾਵਲ ਵੀ ਇਹਨਾਂ ਨੇ ਲਿਖਿਆ ਿੰਜਰ ਨਾਵਲ ਜਿਹੜਾ ਇਹਨਾਂ ਦਾ ਹੈਗਾ ਉਹਦੇ ਤੇ ਫਿਲਮ ਵੀ ਬਣ ਚੁੱਕੀ ਹੈ ਹਿੰਦੀ ਫਿਲਮ ਬਣੀ ਹੈ ਠੀਕ ਹੈ ਜੀ ਨਰਿੰਜਨ ਤਸਨੀਮ ਠੀਕ ਹੈ ਤੇ ਉਹ ਆਪਣੇ ਜਿਹੜੇ ਆ ਉਹ ਨਾਵਲਕਾਰ ਹੈਗੇ ਆ ਤੇ ਅੱਗੇ ਜਿਹੜਾ ਉਹ ਨਾਟਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਨਾਟਕ ਤੇ ਨਾਵਲ ਦੋਨੋਂ ਜਿਹੜੇ ਆ ਸੌਰੀ ਨਾਟਕ ਤੇ ਕਾਂਗੀ ਦੋਨੋਂ ਇੱਕੋ ਹੀ ਸਿੱਕੇ ਦੇ ਦੋ ਪਾਸੇ ਹੈਗੇ ਆ ਤੇ ਨਾਟਕ ਬਲਵੰਤ ਗਾਰਗੀ ਕਣਕ ਦੀ ਬੱਲੀ ਤੁਸੀਂ ਜਿਹੜਾ ਉਹ ਪੜਿਆ ਹੋਊਗਾ ਠੀਕ ਹੈ ਪਹਿਲਾਂ ਵੀ ਤੇ ਉਹ ਨਾਟਕ ਬਲਵੰਤ ਗਾਰਗੀ ਦਾ ਹੈਗਾ ਚਰਨ ਦਾਸ ਸਿੱਧੂ ਠੀਕ ਹੈ ਗੱਲ ਕਾਲਜ ਬੰਦ ਰਹੇਗਾ ਇਹਨਾਂ ਦਾ ਜਿਹੜਾ ਉਹ ਪ੍ਰਸਿੱਧ ਆਪਾਂ ਕਹਿ ਸਕਦੇ ਹਾਂ ਨਾਟਕ ਹੈਗਾ ਆਈਸੀ ਨੰਦਾ ਇਕਾਂਗੀਕਾਰ ਹੈਗੇ ਆ ਨਾਟਕ ਵੀ ਲਿਖਿਆ ਪੂਰੇ ਠੀਕ ਹੈ ਜੀ ਉਸ ਤੋਂ ਬਾਅਦ ਸਵੈ ਜੀਵਨੀ ਸਵੈ ਜੀਵਨੀ ਹੁੰਦੀ ਕੀ ਆ ਜਿਨ੍ਹਾਂ ਨੇ ਕੁਝ ਜਿਹੜਾ ਆਪਦੀ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕੀਤਾ ਕੋ ਆਪ ਦਾ ਨਾਮ ਖੱਟਿਆ ਠੀਕ ਹੈ ਉਹਨਾਂ ਦੀਆਂ ਜਿਹੜੀਆਂ ਸਵੈ ਜੀਵਨੀਆਂ ਲਿਖੀਆਂ ਜਾਂਦੀਆਂ ਠੀਕ ਹੈ ਉਹ ਆਪ ਲਿਖਦੇ ਆ ਕਿਉਂਕਿ ਇੱਥੇ ਗੱਲ ਹੋਰ ਵੀ ਹੈਗੀ ਹੈ ਕਿਉਂਕਿ ਨਾਰਮਲ ਕੋਈ ਵੀ ਆਮ ਬੰਦਾ ਜੇ ਆਪਦੀ ਸਵੈ ਜੀਵਨੀ ਲਿਖੇ ਤੇ ਉਹਨੂੰ ਕੋਈ ਨਹੀਂ ਪੜਦਾ ਠੀਕ ਹੈ ਤੇ ਜਿਨ੍ਹਾਂ ਦਾ ਪਹਿਲਾਂ ਜਿਨ੍ਹਾਂ ਨੇ ਨਮਾਣਾ ਖਟਿਆ ਹੋਇਆ ਉਹਨਾਂ ਦੀ ਜੀਵਨ ਬਾਰੇ ਇੱਛਾ ਹੁੰਦੀ ਹੈ ਹਰ ਕਿਸੇ ਦੀ ਜਾਣਨ ਦੀ ਠੀਕ ਹੈ ਤਾਂ ਕਰਕੇ ਜਿਹੜੀ ਸਵੈ ਜੀਵਨੀਕਾਰ ਹੈਗੀ ਆ ਨਾਨਕ ਸਿੰਘ ਮੇਰੀ ਦੁਨੀਆ ਜਿਹੜਾ ਉਹਨਾਂ ਦਾ ਸਵੈ ਜੀਵਨੀ ਹੈਗੀ ਆ ਠੀਕ ਹੈ ਇਹਦੇ ਤਿੰਨ ਭਾਗ ਵੀ ਹੈਗੇ ਅੱਗੇ ਤੇ ਅਮ੍ਰਿਤਾ ਪ੍ਰੀਤਮ ਡਾਕਟਰ ਦਲੀਪ ਕੌਰ ਟਿਵਾਣਾ ਗੁਰਬਖਸ਼ ਸਿੰਘ ਪ੍ਰੀਤ ਲੜੀ ਡਾਕਟਰ ਮਹਿੰਦਰ ਸਿੰਘ ਰੰਧਾਵਾ 소ਹਿੰਦਰ ਸਿੰਘ ਬਣਜਾਰਾ ਵਿਦੀ ਜਿਹੜੇ ਜਿਹੜੇ ਆਪਣੇ ਪੰਜਾਬੀ ਸੱਭਿਆਚਾਰ ਦੇ ਪ੍ਰਸਿੱਧ ਜਿਹੜੇ ਆ ਉਹ ਲੇਖਕ ਹੈਗੇ ਆ 소ਹਿੰਦਰ ਸਿੰਘ ਬਣਜਾਰਾ ਵਿਦੀ ਅਜੀਤ ਕੌਰ ਠੀਕ ਹੈ ਇਹਨਾਂ ਦੇ ਸਵੈ ਜੀਵਨੀਆਂ ਤੇ ਇਹਨਾਂ ਨੂੰ ਪੁਰਸਕਾਰ ਵੀ ਪ੍ਰਾਪਤ ਹੋ ਚੁੱਕੇ ਐ ਇਸ ਤੋਂ ਇਲਾਵਾ ਸਾਹਿਤ ਦੇ ਪਿੰਨ ਪਿੰਨ ਰੂਪਾਂ ਦੀ ਚਰਚਾ ਸਾਹਿਤ ਦੇ ਪਿੰਨ ਪਿੰਨ ਰੂਪ ਕਿਹੜੇ ਕਿਹੜੇ ਹੈਗੇ ਆ ਜਿਵੇਂ ਕਵਿਤਾ ਹੋ ਗਿਆ ਨਾਵਲ ਹੋ ਗਿਆ ਨਾਟਕ ਹੋ ਗਿਆ ਨਜ਼ਮ ਹੋਗੀ ਗਜ਼ਲਾਂ ਹੋਗੀਆਂ ਠੀਕ ਹੈ ਜੀ ਇਹਨਾਂ ਬਾਰੇ ਆਪਾਂ ਜਿਹੜਾ ਉਹ ਡਿਟੇਲ ਚ ਪੜਾਂਗੇ ਸਾਹਿਤ ਦੇ ਪਿੰਨ-ਪਿੰਨ ਰੂਪਾਂ ਬਾਰੇ ਅੱਗੇ ਪੰਜਾਬੀ ਲੋਕ ਸਾਹਿਤ ਦੇ ਪਿੰਨ-ਪਿੰਨ ਰੂਪ ਹੁਣ ਲੋਕ ਸਾਹਿਤ ਦੇ ਰੂਪ ਕਿਹੜੇ ਹੈਗੇ ਜਿਵੇਂ ਗੀਤ ਹੋਗੇ ਲੋਕ ਗੀਤ ਹੋਗੇ ਸਿੱਠਣੀਆਂ ਹੋਗੀਆਂ ਟੱਪੇ ਬੋਲੀਆਂ ਆਦ ਜਿਹੜੇ ਹੁੰਦੇ ਆ ਉਹਨਾਂ ਬਾਰੇ ਪੜਾਂਗੇ ਤੇ 14 ਨੰਬਰ ਹੈਗਾ ਜਿਹੜਾ ਆਪਣਾ ਪੰਜਾਬੀ ਸੱਭਿਆਚਾਰ ਸਬੰਧੀ ਜਿਹੜੇ ਪੰਜਾਬੀ ਸੱਭਿਆਚਾਰਾਂ ਵਿੱਚ ਸੱਭਿਆਚਾਰ ਵਿੱਚ ਕਿਹੜੀਆਂ ਰਸਮਾਂ ਹੁੰਦੀਆਂ ਕਿਹੜੇ ਰਿਵਾਜ ਹੁੰਦੇ ਆ ਠੀਕ ਹੈ ਉਹਨਾਂ ਬਾਰੇ ਪੜਾਂਗੇ ਕਿਹੜੀਆਂ ਲੋਕ ਖੇਡਾਂ ਹੈਗੀਆਂ ਕਿਹੜੇ ਵਿਸ਼ਵਾਸ ਹੈਗੇ ਉਹਨਾਂ ਚੀਜ਼ਾਂ ਬਾਰੇ ਆਪਾਂ ਇਹਦੇ 'ਚ ਪੜਾਂਗੇ ਅੱਗੇ ਆਪਣੀ ਪੰਜਾਬੀ ਵਿਆਕਰਣ ਹੈਗੀ ਹੈ ਠੀਕ ਹੈ ਇਹਨੂੰ ਆਪਾਂ ਡਿਟੇਲ 'ਚ ਕਰਨਾ ਹੈ ਪੰਜਾਬੀ ਆਪਣੀ ਭਾਸ਼ਾ ਹੈਗੀ ਹੈ ਠੀਕ ਹੈ ਪਾਸ਼ਾ ਕਿੱਥੋਂ ਨਿਕਲੀ ਹੈ ਕਿਹੜੀ ਇਹਦੀ ਲਿਪੀ ਹੈਗੀ ਹੈ ਠੀਕ ਹੈ ਕਿਵੇਂ ਕਿਵੇਂ ਇਹਨਾਂ ਨੇ ਵਿਕਾਸ ਕੀਤੇ ਆ ਤੇ ਕਿੰਨੀਆਂ ਇਹਦੀਆਂ ਕਿਸਮਾਂ ਹਨ ਜਿਵੇਂ ਲਿਖਤੀ ਬੋਲੀ ਹੋਗੀ ਤੇ ਮੌਖਿਕ ਬੋਲੀ ਹੋਗੀ ਉਸ ਤਰੀਕੇ ਨਾਲ ਇਹਨਾਂ ਨੂੰ ਪੜਾਂਗੇ ਉਸ ਤੋਂ ਬਾਅਦ ਵਿਆਕਰਣ ਦੇ ਭਾਗ ਵਿਆਕਰਣ ਦੇ ਭਾਗ ਤੁਨੀ ਬੋਧ ਚਾਰ ਭਾਗ ਹੈਗੇ ਠੀਕ ਹੈ ਵਿਆਕਰਣ ਦੇ ਅੰਗ ਵੀ ਕਹਿ ਲਿਆ ਜਾਂਦਾ ਹੈ ਭਾਗ ਵੀ ਕਹਿ ਲਿਆ ਜਾਂਦਾ ਹੈ ਪਹਿਲਾ ਤੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਚਾਰ ਭਾਗ ਹੈਗੇ ਉਸ ਤੋਂ ਬਾਅਦ ਵਿਸ਼ਰਾਮ ਚਿੰਨ 13 ਕਿਸਮਾਂ ਹੁੰਦੀਆਂ ਵਿਸ਼ਰਾਮ ਜਿਨ੍ਹਾਂ ਦੀਆਂ ਵਿਸ਼ਰਾਮ ਦਾ ਅਰਥ ਹੁੰਦਾ ਹੈ ਠਹਿਰਾ ਉਹਦੇ ਬਾਰੇ ਪੜਾਂਗੇ ਪੰਜਾਬੀ ਸ਼ਬਦ ਜੋੜ ਮੁਹਾਵਰੇ ਤੇ ਖਾਣ ਮੁਹਾਵਰੇ ਤੇ ਖਾਣ ਬਿਨਾ ਵਿਆਕਰਨ ਆਪਾਂ ਕਹਿ ਸਕਦੇ ਆ ਵੀ ਸੁੰਨਾ ਹੈਗਾ ਠੀਕ ਹੈ ਤੇ ਸ਼ਬਦ ਜੋੜ ਮੁਹਾਵਰੇ ਖਾਣਾ ਬਾਰੇ ਪੜਾਂਗੇ ਪੰਜਾਬੀ ਦੀਆਂ ਉਪਭਾਸ਼ਾਵਾਂ ਜੇਕਰ ਆਪਾਂ ਭਾਸ਼ਾ ਦੀ ਗੱਲ ਕਰ ਲਈਏ ਉੱਪਰ ਤੇ ਉਸੇ ਭਾਸ਼ਾ ਹਰ ਇੱਕ ਭਾਸ਼ਾ ਕੋਈ ਵੀ ਆ ਚਾਏ ਉਹ ਪੰਜਾਬੀ ਆ ਹਿੰਦੀ ਆ ਅੰਗਰੇਜ਼ੀ ਆ ਉਹਦੀਆਂ ਉਪਭਾਸ਼ਾਵਾਂ ਵੀ ਹੁੰਦੀਆਂ ਨੇ ਠੀਕ ਹੈ ਤੇ ਆਪਾਂ ਪੜਾਂਗੇ ਪੰਜਾਬੀ ਦੀਆਂ ਉਪਭਾਸ਼ਾਵਾਂ ਜਿਹੜੀਆਂ ਅਜੋਕੇ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਤੇ ਪਾਕਿਸਤਾਨ ਪੰਜਾਬ ਵਿੱਚ ਵੀ ਪੰਜਾਬੀ ਦੀਆਂ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਉਹਨਾਂ ਬਾਰੇ ਤੇ ਲਿੰਗ ਵਚਨ ਤੇ ਕਾਲ ਇਹਨਾਂ ਬਾਰੇ ਪੜਾਂਗੇ ਵੀ ਲਿੰਗ ਵਚਨ ਤੇ ਕਾਲ ਨਾਮ ਦੇ ਅਗਲੇ ਜਿਹੜੇ ਆ ਪੜਾ ਕਿਸਮਾਂ ਹੈਗੀਆਂ ਆਪਾਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਸੰਖੇਪ ਰਚਨਾ ਵਿਆਕਰਣ ਚਾਹੁੰਦਾ ਵੀ ਆ ਸਾਰਾ ਕੁਝ ਸੰਖੇਪ ਰਚਨਾ ਪੈਰਾ ਦਿੱਤਾ ਹੁੰਦਾ ਉਹਦੇ ਚੋਂ ਸੰਖੇਪ ਆਪਾਂ ਸੰਖੇਪ ਰੂਪ ਹੁੰਦਾ ਹੈ ਛੋਟਾ ਉਹਨੂੰ ਛੋਟੇ ਰੂਪ ਵਿੱਚ ਆਪਾਂ ਜਿਹੜਾ ਕਿੰਨੇ ਥੋੜੇ ਸ਼ਬਦਾਂ ਚ ਜਿਹੜਾ ਉਹ ਪੂਰਾ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਨੂੰ ਜਿਹੜਾ ਉਹ ਤੱਤ ਹੁੰਦਾ ਮੇਨ ਜਿਹੜਾ ਉਹ ਕੱਢਣਾ ਸਿੱਟਾ ਕੱਢਣਾ ਪੈਰਾ ਰਚਨਾ ਕਰਨਾ ਅੰਡਿੱਠਾ ਪੈਰਾ ਹੁੰਦਾ ਉਹਦੇ ਜਿਹੜੇ ਚਾਰ ਕੁਐਸਚਨ ਹੁੰਦੇ ਆ ਪੰਜ ਕੁਐਸਚਨ ਹੁੰਦੇ ਆ ਉਹਨਾਂ ਦਾ ਜਿਹੜਾ ਅਨਸਰ ਕਰਨਾ ਸ਼ਬਦ ਕੋਸ਼ ਵਾਚਣ ਵਿਧੀ ਉਸ ਤੋਂ ਬਾਅਦ ਲੇਖ ਕਹਾਣੀ ਚਿੱਠੀ ਜਾਂ ਬਿਨੇ ਪੱਤਰ ਇੱਕੋ ਹੀ ਗੱਲ ਹੈ ਸੱਦਾ ਪੱਤਰ ਸਫਰ ਘਟਨਾ ਜਾਂ ਦ੍ਰਿਸ਼ ਵਰਣਨ ਸਫਰ ਹੁੰਦਾ ਜਿੱਥੇ ਵੀ ਆਪਾਂ ਜਾ ਰਹੇ ਹਾਂ ਉਹਦੇ ਸਫਰ ਬਾਰੇ ਪੂਰਾ ਲਿਖਣਾ ਤੇ ਉਹਨੂੰ ਸਫਰਨਾਮਾ ਕਿਹਾ ਜਾਂਦਾ ਹੈ ਅੱਗੇ ਹੈਗਾ ਲਿਪੀ ਜੇਕਰ ਆਪਾਂ ਭਾਸ਼ਾ ਦੀ ਗੱਲ ਕੀਤੀ ਹੈ ਤੇ ਉਹਦੀ ਲਿਪੀ ਦੀ ਵੀ ਗੱਲ ਕਰਨੀ ਜ਼ਰੂਰੀ ਬਣਦੀ ਹੈ ਠੀਕ ਹੈ ਲਿਪੀ ਕਿਹੜੀ ਲਿਪੀ ਕਿੱਥੋਂ ਨਿਕਲੀ ਹੈ ਕਿਵੇਂ ਵਿਕਾਸ ਕੀਤਾ ਹੈ ਕਿਵੇਂ ਇਹਦਾ ਨਿਕਾਸ ਹੋਇਆ ਠੀਕ ਹੈ ਉਹਦੇ ਬਾਰੇ ਪੜਾਂਗੇ ਵਰਣਮਾਲਾ ਆਪਣੀ ਪੰਜਾਬੀ ਦੀ ਵਰਣਮਾਲਾ ਦੇ ਕਿੰਨੇ ਅੱਖਰ ਹੈਗੇ ਆ ਠੀਕ ਹੈ ਤੇ ਉਹਨਾਂ ਨੂੰ ਆਪਾਂ ਸਵਰ ਕਈਆਂ ਨੂੰ ਸਵਰ ਕਹਿੰਦੇ ਆ ਕਈਆਂ ਨੂੰ ਵਿਅੰਜਨ ਕਹਿੰਦੇ ਆ ਉਹਦੇ ਵਿੱਚ ਦੋ ਅੱਖਰ ਵੀ ਹੈਗੇ ਆ ਲਗਾ ਵੀ ਹੁੰਦੀਆਂ ਤੇ ਲਗਾਖਰ ਵੀ ਹੁੰਦੇ ਆ ਉਹਨਾਂ ਬਾਰੇ ਪੜਾਂਗੇ ਵੈਸੇ ਇਹਨਾਂ ਬਾਰੇ ਆਪਾਂ ਬਹੁਤ ਡਿਟੇਲ ਚ ਪੜ ਚੁੱਕੇ ਆ ਠੀਕ ਹੈ ਤੇ ਉਪਰੋਤਕ ਇੱਥੇ ਨੋਟ ਕਰਨ ਵਾਲੀ ਗੱਲ ਕੀ ਹੈਗੀ ਆ ਕਿ ਉਪਰੋਤਕ ਵਿਸ਼ੇ ਜਿੰਨੇ ਵੀ ਆਪਾਂ ਵਿਸ਼ੇ ਵਾਚੇ ਹੈਗੇ ਹੁਣ ਪੜ੍ਹੇ ਹੈਗੇ ਆ ਠੀਕ ਹੈ ਉਹਨਾਂ ਵਿਸ਼ਿਆਂ ਸੰਬੰਧੀ ਜਿਹੜੇ ਆ ਪ੍ਰਸ਼ਨਾਂ ਦਾ ਪੱਧਰ ਕਿਹੜਾ ਹੋਊਗਾ ਬੀਏ ਦਾ ਪੱਧਰ ਹੋਊਗਾ ਠੀਕ ਹੈ ਬੀਏ ਵਿੱਚ ਜਿਹੜੇ ਆ ਉਹ ਜਿਹੜਾ ਪੱਧਰ ਮਿਲਦਾ ਆਪਾਂ ਨੂੰ ਪੰਜਾਬੀ ਭਾਸ਼ਾ ਦਾ ਠੀਕ ਹੈ ਪੰਜਾਬੀ ਸਾਹਿਤ ਦਾ ਉਹਨਾਂ ਬਾਰੇ ਆਪਾਂ ਪੜਾਂਗੇ ਠੀਕ ਹੈ ਤੇ ਬੀਏ ਦਾ ਪੱਧਰ ਹੋਊਗਾ ਕਿਉਂਕਿ ਪੱਧਰ ਜਿਹੜਾ ਉਹ ਬਹੁਤ ਹੈਗਾ ਪੰਜਾਬੀ ਸਾਹਿਤ ਦਾ ਜਿਹੜਾ ਉਹ ਬਹੁਤ ਜ਼ਿਆਦਾ ਖੁੱਲਾ ਤੇ ਅ ਹੈਗਾ ਤੇ ਉਹਨੂੰ ਸਾਰੇ ਨੂੰ ਪੜਨ ਤੋਂ ਇਲਾਵਾ ਆਪਾਂ ਜਿਹੜਾ ਸਿਲੇਬਸ ਦਿੱਤਾ ਹੋਇਆ ਉਹਦੇ ਅਕੋਰਡਿੰਗ ਬੀਏ ਦਾ ਪੱਧਰ ਦਾ ਕੰਮ ਕਰਾਂਗੇ ਪੜਾਂਗੇ ਠੀਕ ਹੈ ਤੇ ਫਿਰ ਜਿਹੜਾ ਉਹ ਮਾਸਟਰ ਕੈਡਰ ਆਪਾਂ ਕਲੀਅਰ ਕਰਨਾ ਹੈਗਾ ਠੀਕ ਹੈ ਤੇ ਆਪਣਾ ਜਿਹੜਾ ਚੈਨਲ ਅੱਗੇ ਬਣਿਆ ਹੋਇਆ ਅ ਜਿਹੜਾ ਇਹਨੂੰ ਜੁਆਇਨ ਕਰ ਲੈਣਾ ਟੈਲੀਗ੍ਰਾਮ ਚੈਨਲ ਨੂੰ @skylightacademy ਸਰਚ ਕਰਨਾ ਇੱਥੇ ਤੁਹਾਨੂੰ ਜਿਹੜਾ ਉਹ ਪੀਡੀਐਫ ਦੇ ਰੂਪ ਵਿੱਚ ਨੋਟਸ ਵੀ ਪ੍ਰੋਵਾਈਡ ਕਰਵਾਏ ਜਾਂਦੇ ਆ ਤੇ ਆਪਣੀ ਕਲਾਸਿਸ ਦਾ ਜਿਹੜਾ ਸ਼ਡਿਊਲ ਹੈ ਉਹ ਵੀ ਤੁਹਾਨੂੰ ਇੱਥੇ ਪ੍ਰਾਪਤ ਹੋ ਜਾਂਦਾ ਠੀਕ ਹੈ ਜੀ ਤੇ ਅੱਜ ਆਪਾਂ ਕੀਤੀ ਆਪਣੀ ਪਹਿਲੀ ਕਲਾਸ ਸੀਗੀ ਮਾਸਟਰ ਕੈਡਰ ਦੀ ਜਿਸ ਦੇ ਚ ਜਿਹੜਾ ਆਪਾਂ ਸਿਲੇਬਸ ਜਿਹੜਾ ਡਿਸਕਸ਼ਨ ਕੀਤਾ ਤੇ ਕੱਲ ਤੋਂ ਆਪਣੀ ਡੇਲੀ ਕਲਾਸ ਹੋਇਆ ਕਰੂਗੀ ਠੀਕ ਹੈ ਸ਼ਡਿਊਲ ਜਿਹੜਾ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਤੇ ਥੈਂਕ ਯੂ ਸੋ ਮੱਚ ਕਿਵੇਂ ਲੱਗੀ ਅੱਜ ਦੀ ਕਲਾਸ ਜਿਹੜੀ ਆ ਤੁਸੀਂ ਨੋਟ ਜਿਹੜਾ ਕਮੈਂਟਸ ਕਰਕੇ ਜਰੂਰ ਦੱਸਣਾ ਤੇ ਕੱਲ ਤੋਂ ਆਪਣੀ ਡੇਲੀ ਲਾਈਵ ਕਲਾਸ ਹੋਇਆ ਕਰੂਗੀ ਤੇ ਜਿਹੜਾ ਉਹ ਤੁਸੀਂ ਜੁਆਇਨ ਵੀ ਜਰੂਰ ਕਰਨਾ ਤੇ ਸ਼ੇਅਰ ਵੀ ਜਰੂਰ ਕਰ ਦੇਣੀ ਆਪਣੀ ਕਲਾਸ ਨੂੰ Thank you so much. Ta ta. Bye bye.